ਲੋਕਾਂ ਨੂੰ ਲੋਕਾਂ ਨੇ ਅੱਜ ਫੈਸਲਾ ਕਰਤਾ ਤੇ 4 ਤਰੀਕ ਨੂੰ ਰਿਜ਼ਲਟ ਆ ਜੂਗਾ। ਮੇਰੇ ਵਿਰੋਧੀ ਵੀ ਮੈਨੂੰ ਹੀ ਵੋਟ ਪਾਉਣੀ ਆ, ਕਿੱਥੇ ਜਾਣਾ ਵਿਰੋਧੀਆਂ ਨੇ, ਹੋਰ ਬਾਹਰਲਿਆਂ ਨੂੰ ਪਾਉਣੀ ਆ, ਲੁਧਿਆਣੇ ਵਾਲਿਆਂ ਨੂੰ ਵੋਟ ਪਾਉਣਗੇ। ਤੀਜੀ ਵਾਰ ਹੈਟ੍ਰਿਕ ਹੋਏਗੀ ਲੁਧਿਆਣੇ ਤੋਂ, ਚੌਥੀ ਵਾਰ ਨਹੀਂ ਲੁਧਿਆਣੇ, ਲੁਧਿਆਣੇ ਤੋਂ 100% ਕੋਈ ਗੱਲ ਨਹੀਂ ਕਰਦੇ, ਉਹਦਾ ਬਾਅਦ ਮੈਂ ਬੋਲਿਆ ਉੱਥੇ, ਇਹ ਬਾਅਦ ਚ ਕਰਾਂਗੇ ਨੋਮੀਨੇਸ਼ਨ ਕਰਕੇ। ਆਹ ਦੇਖੋ ਤੁਸੀਂ ਲੋਕਾਂ ਦਾ ਪਿਆਰ ਦੇਖੋ, ਇਹਨੂੰ ਦੇਖ ਕੇ ਬਖਲਾਟ ਹੋ ਗਈ। ਉਹ ਆਪਣੇ ਦਾਦਾ ਜੀ ਦੀ ਲਾ ਲੈਣੀ, ਦਾਦਾ ਜੀ ਸਰਕਾਰੀ ਹੋ ਗਿਆ। ਮੈਂ ਤਾਂ ਸਵੇਰ ਦਾ ਹੀ ਤੁਹਾਡੇ ਨਾਲ ਬੀਜੇਪੀ ਨੇ ਟਿਕਟ ਦਿੱਤਾ ਤੇ ਅੱਜ ਬੀਜੇਪੀ ਦੀ ਜਿਹੜੀ ਉਹ ਸਾਰੀ ਲੀਡਰਸ਼ਿਪ, ਰੂਪਾਲੀ ਸਾਹਿਬ ਜਿਹੜੇ ਮੁੱਖ ਮੰਤਰੀ ਗੁਜਰਾਤ ਦੇ, ਉਹ ਆਪ ਜਿਹੜੇ ਇੰਚਾਰਜ ਨੇ ਉਹ ਨੋਮੀਨੇਸ਼ਨ ਕਰਾਉਣ ਆਏ ਆ ਅਤੇ ਬੜਾ ਹੀ ਉਤਸ਼ਾਹ। ਤੁਸੀਂ ਆਪ ਦੇਖ ਲਿਆ, ਕਦੇ ਦੇਖਿਆ ਇੰਨਾ? ਤੁਸੀਂ ਦੱਸ ਦਿਓ, ਮੀਡੀਆ ਨੇ ਕਦੇ ਦੇਖਿਆ ਇੰਨਾ? ਆਪਾਂ ਕਾਂਗਰਸ 'ਚ ਵੀ ਨੋਮੀਨੇਸ਼ਨ ਫਾਈਲ ਕਰਦੇ ਸੀ, ਅਕਾਲੀ ਵੀ ਕਰਦੇ ਆ ਅਤੇ ਲੋਕ ਬਾਹਰੋਂ ਗੱਡੀਆਂ ਲੈ ਕੇ 100-100 ਜ਼ਿਲ੍ਹੇ ਪ੍ਰਧਾਨ ਲੈ ਕੇ ਉਰੇ ਆਉਂਦੇ ਆ। ਅਤੇ ਆਹ ਦੇਖ ਲਓ, ਸਾਰਾ ਲੁਧਿਆਣਾ ਇੱਕ ਪਾਸੜਾ ਹੋ ਗਿਆ, ਇੱਕ ਪਾਸਾ। ਗੁਰਦੁਆਰਾ ਸਾਹਿਬ ਵੀ ਗਏ ਸੀਗੇ, ਉਹ ਤਾਂ ਦੇਖੋ, ਉਹ ਤਾਂ ਨਿੱਜੀ ਗੱਲਾਂ। ਆਹ ਦੇਖੋ, ਥੈਂਕ ਯੂ, ਜਿਹੜੀ ਧਾਰਮਿਕ ਗੱਲਾਂ ਨੇ ਉਹ ਤਾਂ ਆਪਣੀਆਂ ਅੰਦਰ ਆਤਮਾ ਦੀਆਂ ਗੱਲਾਂ, ਇਹ ਪ੍ਰਤੀਕ ਆ ਵੀ ਜਿੰਨਾ ਚਿਰ ਸਾਹ ਚ ਸਾਹ ਏ ਉਹਨਾਂ ਚਿਰ ਪੰਜਾਬ ਦੀ ਅਮਨ ਸ਼ਾਂਤੀ ਕਦੇ ਭੰਗ ਨਹੀਂ ਹੋਣ ਦਿੱਤੀ ਜਾਊਗੀ, ਜਿੰਨਾ ਚਿਰ ਸਰਦਾਰ ਬੇਅੰਤ ਸਿੰਘ ਦਾ ਮੇਰੇ ਸਿਰ 'ਤੇ ਆਸ਼ੀਰਵਾਦ ਹੈ। ਤੁਸੀਂ ਦੇਖ ਕੇ ਆਏ ਹੋ ਅੱਖਾਂ ਨੂੰ, ਲੋਕਾਂ ਨੇ ਅੱਜ ਫੈਸਲਾ ਕਰਤਾ ਤੇ 4 ਤਰੀਕ ਨੂੰ ਰਿਜ਼ਲਟ ਆ ਜੂਗਾ। ਮੇਰੇ ਵਿਰੋਧੀ ਵੀ ਮੈਨੂੰ ਹੀ ਵੋਟ ਪਾਉਣੀ ਆ, ਕਿੱਥੇ ਜਾਣਾ ਵਿਰੋਧੀਆਂ ਨੇ, ਹੋਰ ਬਾਹਰਲਿਆਂ ਨੂੰ ਪਾਉਣੀ ਆ, ਲੁਧਿਆਣੇ ਵਾਲਿਆਂ ਨੂੰ ਵੋਟ ਪਾਉਣਗੇ। ਤੀਜੀ ਵਾਰ ਹੈਟ੍ਰਿਕ ਹੋਏਗੀ ਲੁਧਿਆਣੇ ਤੋਂ, ਚੌਥੀ ਵਾਰ ਨਹੀਂ ਲੁਧਿਆਣੇ, ਲੁਧਿਆਣੇ ਤੋਂ 100% ਕੋਈ ਗੱਲ ਨਹੀਂ ਕਰਦੇ, ਉਹਦਾ ਬਾਅਦ ਮੈਂ ਬੋਲਿਆ ਉੱਥੇ, ਇਹ ਬਾਅਦ ਚ ਕਰਾਂਗੇ ਨੋਮੀਨੇਸ਼ਨ ਕਰਕੇ। ਆਹ ਦੇਖੋ ਤੁਸੀਂ ਲੋਕਾਂ ਦਾ ਪਿਆਰ ਦੇਖੋ, ਇਹਨੂੰ ਦੇਖ ਕੇ ਬਖਲਾਟ ਹੋ ਗਈ। ਉਹ ਆਪਣੇ ਦਾਦਾ ਜੀ ਦੀ ਲਾ ਲੈਣੀ, ਦਾਦਾ ਜੀ ਸਰਕਾਰੀ ਹੋ ਗਿਆ। ਮੈਂ ਤਾਂ ਸਵੇਰ ਦਾ ਹੀ ਤੁਹਾਡੇ ਨਾਲ, ਬੀਜੇਪੀ ਨੇ ਟਿਕਟ ਦਿੱਤਾ ਤੇ ਅੱਜ ਬੀਜੇਪੀ ਦੀ ਜਿਹੜੀ ਉਹ ਸਾਰੀ ਲੀਡਰਸ਼ਿਪ, ਰੂਪਾਲੀ ਸਾਹਿਬ ਜਿਹੜੇ ਮੁੱਖ ਮੰਤਰੀ ਗੁਜਰਾਤ ਦੇ, ਉਹ ਆਪ ਜਿਹੜੇ ਇੰਚਾਰਜ ਨੇ ਉਹ ਨੋਮੀਨੇਸ਼ਨ ਕਰਾਉਣ ਆਏ ਆ ਅਤੇ ਬੜਾ ਹੀ ਉਤਸ਼ਾਹ। ਤੁਸੀਂ ਆਪ ਦੇਖ ਲਿਆ, ਕਦੇ ਦੇਖਿਆ ਇੰਨਾ? ਤੁਸੀਂ ਦੱਸ ਦਿਓ, ਮੀਡੀਆ ਨੇ ਕਦੇ ਦੇਖਿਆ ਇੰਨਾ? ਆਪਾਂ ਕਾਂਗਰਸ 'ਚ ਵੀ ਨੋਮੀਨੇਸ਼ਨ ਫਾਈਲ ਕਰਦੇ ਸੀ, ਅਕਾਲੀ ਵੀ ਕਰਦੇ ਆ ਅਤੇ ਲੋਕ ਬਾਹਰੋਂ ਗੱਡੀਆਂ ਲੈ ਕੇ 100-100 ਜ਼ਿਲ੍ਹੇ ਪ੍ਰਧਾਨ ਲੈ ਕੇ ਉਰੇ ਆਉਂਦੇ ਆ। ਅਤੇ ਆਹ ਦੇਖ ਲਓ, ਸਾਰਾ ਲੁਧਿਆਣਾ ਇੱਕ ਪਾਸੜਾ ਹੋ ਗਿਆ, ਇੱਕ ਪਾਸਾ। ਗੁਰਦੁਆਰਾ ਸਾਹਿਬ ਵੀ ਗਏ ਸੀਗੇ, ਉਹ ਤਾਂ ਦੇਖੋ, ਉਹ ਤਾਂ ਨਿੱਜੀ ਗੱਲਾਂ। ਆਹ ਦੇਖੋ, ਥੈਂਕ ਯੂ, ਜਿਹੜੀ ਧਾਰਮਿਕ ਗੱਲਾਂ ਨੇ ਉਹ ਤਾਂ ਆਪਣੀਆਂ ਅੰਦਰ
ਆਤਮਾ ਦੀਆਂ ਗੱਲਾਂ, ਇਹ ਇਹ ਪ੍ਰਤੀਕ ਆ ਵੀ ਜਿੰਨਾ ਚਿਰ ਸਾਹ 'ਚ ਸਾਹ ਹੈ, ਸਾਹ 'ਚ ਸਾਹ ਹੈ, ਸਾਹ 'ਚ ਸਾਹ ਹੈ, ਉਨਾ ਚਿਰ ਪੰਜਾਬ ਦੀ ਅਮਨ ਸ਼ਾਂਤੀ ਕਦੇ ਭੰਗ ਨਹੀਂ ਹੋਣ ਦਿੱਤੀ ਜਾਊਗੀ ਜਿੰਨਾ ਚਿਰ ਸਰਦਾਰ ਬੇਅੰਤ ਸਿੰਘ ਦਾ ਮੇਰੇ ਸਿਰ 'ਤੇ ਆਸ਼ੀਰਵਾਦ ਹੈ।